ਚੰਡੀਗੜ੍ਹ ਹੈਂਡ ਗ੍ਰਨੇਡ ਮਾਮਲੇ ਦੇ ਤਾਰ ਹੁਣ ਖੰਨਾ ਨਾਲ ਵੀ ਜੁੜ ਰਹੇ ਨੇ ਅਤੇ ਤੁਹਾਨੂੰ ਦੱਸ ਦਈਏ ਇਸ ਦੇ ਵਿੱਚ ਨਾਮਜ਼ਦ ਕੀਤੇ ਗਏ ਦੋ ਦੋਸ਼ੀ ਵਿਸ਼ਾਲ ਅਤੇ ਰੋਹਨ ਰੋਹਨ ਮਸੀਹ ਨੂੰ ਖੰਨਾ ਤੋਂ ਗ੍ਰਿਫਤਾਰ ਕੀਤਾ ਗਿਆ। ਤੁਹਾਨੂੰ ਦੱਸ ਦਿੰਦੇ ਹਾਂ ਇਹ ਘਰ ਜਿੱਥੋਂ ਕਿ ਰੋਹਨ ਮਸੀਹ ਨੂੰ ਗ੍ਰਿਫਤਾਰ ਕੀਤਾ ਗਿਆ, ਇਹ ਘਰ ਗਰੀਬ ਪਰਿਵਾਰ ਇੱਥੇ ਰਹਿੰਦਾ ਜਿਹੜਾ ਕਿ ਕਿਰਾਏ 'ਤੇ ਰਹਿੰਦਾ ਅਤੇ ਆਪਣੇ ਰੋਜ਼ੀ ਰੋਟੀ ਕਮਾਉਣ ਲਈ ਦਿਹਾੜੀ ਜੋਤਾ ਕਰਦਾ ਅਤੇ ਰੋਹਨ ਦੀ ਇਹਨਾਂ ਨਾਲ ਰਿਸ਼ਤੇਦਾਰੀ ਪੈਂਦੀ ਹੈ। ਰੋਹਨ ਸਵੇਰੇ 10 ਵਜੇ ਇਹਨਾਂ ਕੋਲ ਆਇਆ ਸੀ ਅਤੇ ਰਾਤੀ 2:30 ਵਜੇ ਤੜਕਸਾਰ ਖੰਨਾ ਪੁਲਿਸ ਦੇ ਨਾਲ ਇਨਵੈਸਟੀਗੇਸ਼ਨ ਦੀ ਟੀਮ ਇੱਥੇ ਪਹੁੰਚੀ ਅਤੇ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ। DGP ਪੰਜਾਬ ਵੱਲੋਂ ਵੀ ਇਸ ਚੀਜ਼ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਹ ਵੀ ਦੱਸਿਆ ਗਿਆ ਵੀ ਉਹਦੇ ਕੋਲੋਂ ਇੱਕ ਗਲੋਕ ਪਿਸਟਲ ਵੀ ਬਰਾਮਦ ਕੀਤਾ ਗਿਆ। ਰੋਹਨ ਦੇ ਇੱਥੇ ਹੋਣ ਤੋਂ ਬਾਅਦ ਖੰਨਾ ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਰੋਹਨ ਦਾ ਦੂਸਰਾ ਸਾਥੀ ਜਿਹੜਾ ਹਜੇ ਗ੍ਰਿਫਤ ਤੋਂ ਬਾਹਰ ਹੈ ਵੀ ਉਹ ਵੀ ਕਿਤੇ ਖੰਨਾ ਦੇ ਆਸ ਪਾਸ ਇਲਾਕੇ 'ਚ ਤਾਂ ਨਹੀਂ ਲੁਕਿਆ ਹੋਇਆ। ਪੁਲਿਸ ਵੱਲੋਂ ਇਸ ਪਰਿਵਾਰ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਲਈ ਪਰਿਵਾਰ ਦੇ ਮੋਬਾਈਲ ਫੋਨ ਵੀ ਆਪਣੇ ਨਾਲ ਕਬਜ਼ੇ 'ਚ ਲਿੱਤੇ ਗਏ ਅਤੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਕਿਤੇ ਵੀ ਰੋਹਨ ਨੇ ਉਹਨਾਂ ਦਾ ਫੋਨ ਇਸਤੇਮਾਲ ਕਰਕੇ ਕਿਤੇ ਬਾਹਰ ਗੱਲ ਤਾਂ ਨਹੀਂ ਕੀਤੀ। ਇਸ ਬਲਾਸਟ ਮਾਮਲੇ ਦੇ ਜਿਹੜੇ ਤਾਰ ਹੈ ਇੰਟਰਨੈਸ਼ਨਲ ਜੁੜ ਰਹੇ ਨੇ, ਰਿੰਦੇ ਦੇ ਨਾਲ ਨਾਮ ਵਿੱਚ ਆਉਣ ਨਾਲ ਇਹ ਮਾਮਲਾ ਵੱਡਾ ਬਣਦਾ ਜਾ ਰਿਹਾ। ਹਾਲਾਂਕਿ ਰੋਹਨ ਨੂੰ ਅੰਮ੍ਰਿਤਸਰ ਨਾਲ ਆਪਣੇ ਲਿਜਾਇਆ ਗਿਆ ਹੈ ਜਾਂਚ ਏਜੰਸੀ ਵੱਲੋਂ, ਅਤੇ ਫਿਰ ਵੀ ਇਹਤਿਆਤਨ ਤੌਰ 'ਤੇ ਇਸ ਪਰਿਵਾਰ 'ਤੇ ਪੁਲਿਸ ਵੱਲੋਂ ਲਗਾਤਾਰ ਨਜ਼ਰ ਬਣਾਈ ਹੋਈ ਹੈ ਕਿਉਂਕਿ ਗਰੀਬ ਪਰਿਵਾਰ ਹੈ। ਪੁਲਿਸ ਦੇ ਰਿਟਾਇਰ 'ਤੇ ਲਗਾਤਾਰ ਇਹ ਪਰਿਵਾਰ ਵੀ ਹੈ, ਜਦੋਂ ਤੱਕ ਇਹਨਾਂ ਨੂੰ ਕਲੀਨ ਚਿੱਟ ਨਹੀਂ ਮਿਲ ਜਾਂਦੀ ਉਦੋਂ ਤੱਕ ਪਰਿਵਾਰ ਵੀ ਔਰ ਆਸ ਪੜੋਸ ਵੀ ਸਖਤੇ ਦੇ ਵਿੱਚ ਹੈ। ਹਾਲਾਂਕਿ ਕਿਸੇ ਨੂੰ ਨਹੀਂ ਪਤਾ ਸੀ ਵੀ ਰੋਹਨ ਨੇ ਕੀ ਕੀਤਾ। ਪਰਿਵਾਰ ਬਾਰੇ ਇਹ ਦੱਸਿਆ ਜਾ ਰਿਹਾ ਕਿ ਗਰੀਬ ਪਰਿਵਾਰ ਹੈ, ਉਹ ਦਿਹਾੜੀ ਜੋਤਾ ਕਰਕੇ ਹੀ ਆਪਣਾ ਗੁਜ਼ਾਰਾ ਕਰ ਰਿਹਾ। ਐਸੇ ਘਰ ਦੇ ਵਿੱਚੋਂ ਰੋਹਨ ਦੀ ਗ੍ਰਿਫਤਾਰੀ ਕੀਤੀ ਹੈ। ਰੋਹਨ ਮਸੀਹ ਜੀ ਦਾ ਨਾਮ ਦੱਸਿਆ ਜਾ ਰਿਹਾ, ਅੰਮ੍ਰਿਤਸਰ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ। ਇਹ ਦੱਸਿਆ ਜਾ ਰਿਹਾ ਜਿਹੜੇ ਮਹਿਲਾ ਆਗੂ ਇਸ ਘਰ ਦੀ ਜਿਹੜੀ ਹੈਗੀ ਆ ਵੀ ਉਹਨਾਂ ਦੀ ਭੈਣ ਦੇ ਜਿਹੜੀ ਨੂੰਹ ਹੈ ਉਹ ਰੋਹਨ ਦੀ ਭੈਣ ਲੱਗਦੀ ਹੈ ਔਰ ਐਸੇ ਰਿਸ਼ਤੇਦਾਰੀ ਕਾਰਨ ਉਹ ਉਰੇ ਰਾਤ ਰੁਕਣ ਆਇਆ ਸੀ ਜਾਂ ਇਹ ਕਹਿ ਲਓ ਵੀ ਇੱਥੇ ਪਨਾਹ ਲੈਣ ਆਇਆ ਸੀ, ਪਰ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ। ਖੰਨਾ ਪੁਲਿਸ ਨੇ ਵੀ ਇਸ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਜ਼ਰੂਰਤ ਹੈ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਦੀ। ਨਿਊਜ਼ 18 ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਗੁਰਦੀਪ ਸਿੰਘ। ਚੰਡੀਗੜ੍ਹ ਹੈਂਡ ਗ੍ਰਨੇਡ ਮਾਮਲੇ ਦੇ ਤਾਰ ਹੁਣ ਖੰਨਾ ਨਾਲ ਵੀ ਜੁੜ ਰਹੇ ਨੇ ਅਤੇ ਤੁਹਾਨੂੰ ਦੱਸ ਦਈਏ ਇਸ ਦੇ ਵਿੱਚ ਨਾਮਜ਼ਦ ਕੀਤੇ ਗਏ ਦੋ ਦੋਸ਼ੀ ਵਿਸ਼ਾਲ ਅਤੇ ਰੋਹਨ ਰੋਹਨ ਮਸੀਹ ਨੂੰ ਖੰਨਾ ਤੋਂ ਗ੍ਰਿਫਤਾਰ ਕੀਤਾ ਗਿਆ। ਤੁਹਾਨੂੰ ਦੱਸ ਦਿੰਦੇ ਹਾਂ ਇਹ ਘਰ ਜਿੱਥੋਂ ਕਿ ਰੋਹਨ ਮਸੀਹ ਨੂੰ ਗ੍ਰਿਫਤਾਰ ਕੀਤਾ ਗਿਆ, ਇਹ ਘਰ ਗਰੀਬ ਪਰਿਵਾਰ ਇੱਥੇ ਰਹਿੰਦਾ ਜਿਹੜਾ ਕਿ ਕਿਰਾਏ 'ਤੇ ਰਹਿੰਦਾ ਅਤੇ ਆਪਣੇ ਰੋਜ਼ੀ ਰੋਟੀ ਕਮਾਉਣ ਲਈ ਦਿਹਾੜੀ ਜੋਤਾ ਕਰਦਾ ਅਤੇ ਰੋਹਨ ਦੀ ਇਹਨਾਂ ਨਾਲ ਰਿਸ਼ਤੇਦਾਰੀ ਪੈਂਦੀ ਹੈ। ਰੋਹਨ ਸਵੇਰੇ 10 ਵਜੇ ਇਹਨਾਂ ਕੋਲ ਆਇਆ ਸੀ ਅਤੇ ਰਾਤੀ 2:30 ਵਜੇ ਤੜਕਸਾਰ ਖੰਨਾ ਪੁਲਿਸ ਦੇ ਨਾਲ ਇਨਵੈਸਟੀਗੇਸ਼ਨ ਦੀ ਟੀਮ ਇੱਥੇ ਪਹੁੰਚੀ ਅਤੇ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ। DGP ਪੰਜਾਬ ਵੱਲੋਂ ਵੀ ਇਸ ਚੀਜ਼ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਹ ਵੀ ਦੱਸਿਆ ਗਿਆ ਵੀ ਉਹਦੇ ਕੋਲੋਂ ਇੱਕ ਗਲੋਕ ਪਿਸਟਲ ਵੀ ਬਰਾਮਦ ਕੀਤਾ ਗਿਆ। ਰੋਹਨ ਦੇ ਇੱਥੇ ਹੋਣ ਤੋਂ ਬਾਅਦ ਖੰਨਾ ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਰੋਹਨ ਦਾ ਦੂਸਰਾ ਸਾਥੀ ਜਿਹੜਾ ਹਜੇ ਗ੍ਰਿਫਤ ਤੋਂ ਬਾਹਰ ਹੈ ਵੀ ਉਹ ਵੀ ਕਿਤੇ ਖੰਨਾ ਦੇ ਆਸ ਪਾਸ ਇਲਾਕੇ 'ਚ ਤਾਂ ਨਹੀਂ ਲੁਕਿਆ ਹੋਇਆ। ਅਤੇ ਪੁਲਿਸ ਵੱਲੋਂ ਇਸ ਪਰਿਵਾਰ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਲਈ ਪਰਿਵਾਰ ਦੇ ਮੋਬਾਈਲ ਫੋਨ ਵੀ ਆਪਣੇ ਨਾਲ ਕਬਜ਼ੇ 'ਚ ਲਿੱਤੇ ਗਏ ਅਤੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਕਿਤੇ ਵੀ ਰੋਹਨ ਨੇ ਉਹਨਾਂ ਦਾ ਫੋਨ ਇਸਤੇਮਾਲ ਕਰਕੇ ਕਿਤੇ ਬਾਹਰ ਗੱਲ ਤਾਂ ਨਹੀਂ ਕੀਤੀ। ਇਸ ਬਲਾਸਟ ਮਾਮਲੇ ਦੇ ਜਿਹੜੇ ਤਾਰ ਹੈ ਇੰਟਰਨੈਸ਼ਨਲ ਜੁੜ ਰਹੇ ਨੇ, ਰਿੰਦੇ ਦੇ ਨਾਲ ਨਾਮ ਵਿੱਚ ਆਉਣ ਨਾਲ ਇਹ ਮਾਮਲਾ ਵੱਡਾ ਬਣਦਾ ਜਾ ਰਿਹਾ ਹੈ। ਹਾਲਾਂਕਿ ਰੋਹਨ ਨੂੰ ਅੰਮ੍ਰਿਤਸਰ ਨਾਲ ਆਪਣੇ ਲਿਜਾਇਆ ਗਿਆ ਹੈ ਜਾਂਚ ਏਜੰਸੀ ਵੱਲੋਂ, ਅਤੇ ਫਿਰ ਵੀ ਇਹਤਿਆਤਨ ਤੌਰ 'ਤੇ ਇਸ ਪਰਿਵਾਰ 'ਤੇ ਪੁਲਿਸ ਵੱਲੋਂ ਲਗਾਤਾਰ ਨਜ਼ਰ ਬਣਾਈ ਹੋਈ ਹੈ ਕਿਉਂਕਿ ਗਰੀਬ ਪਰਿਵਾਰ ਹੈ। ਪੁਲਿਸ ਦੇ ਰਿਟਾਇਰ 'ਤੇ ਲਗਾਤਾਰ ਇਹ ਪਰਿਵਾਰ ਵੀ ਹੈ, ਜਦੋਂ ਤੱਕ ਇਹਨਾਂ ਨੂੰ ਕਲੀਨ ਚਿੱਟ ਨਹੀਂ ਮਿਲ ਜਾਂਦੀ ਉਦੋਂ ਤੱਕ ਪਰਿਵਾਰ ਵੀ ਔਰ ਆਸ ਪੜੋਸ ਵੀ ਸਖਤੇ ਦੇ ਵਿੱਚ ਹੈ।
ਹਾਲਾਂਕਿ ਇਸ ਕਿਸੇ ਨੂੰ ਨਹੀਂ ਪਤਾ ਸੀ ਵੀ ਰੋਹਨ ਨੇ ਕੀ ਕੀਤਾ। ਪਰਿਵਾਰ ਬਾਰੇ ਇਹ ਦੱਸਿਆ ਜਾ ਰਿਹਾ ਕਿ ਗਰੀਬ ਪਰਿਵਾਰ ਹੈ, ਉਹ ਦਿਹਾੜੀ ਜੋਤਾਂ ਕਰਕੇ ਹੀ ਆਪਣਾ ਗੁਜ਼ਾਰਾ ਕਰ ਰਿਹਾ। ਐਸੇ ਘਰ ਦੇ ਵਿੱਚੋਂ ਰੋਹਨ ਦੀ ਗ੍ਰਿਫਤਾਰੀ ਕੀਤੀ ਹੈ। ਰੋਹਨ ਮਸੀਹ ਜੀ ਦਾ ਨਾਮ ਦੱਸਿਆ ਜਾ ਰਿਹਾ, ਅੰਮ੍ਰਿਤਸਰ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ। ਇਹ ਦੱਸਿਆ ਜਾ ਰਿਹਾ ਜਿਹੜੇ ਮਹਿਲਾ ਆਗੂ ਇਸ ਘਰ ਦੀ ਜਿਹੜੀ ਹੈਗੀ ਆ, ਵੀ ਉਹਨਾਂ ਦੀ ਭੈਣ ਦੇ ਜਿਹੜੇ ਜਿਹੜੀ ਨੂੰਹ ਹੈ ਉਹ ਰੋਹਨ ਦੀ ਭੈਣ ਲੱਗਦੀ ਹੈ, ਔਰ ਐਸੇ ਰਿਸ਼ਤੇਦਾਰੀ ਕਾਰਨ ਉਹ ਉਰੇ ਰਾਤ ਰੁਕਣ ਆਇਆ ਸੀ, ਜਾਂ ਇਹ ਕਹਿ ਲਓ ਵੀ ਇੱਥੇ ਪਨਾਹ ਲੈਣ ਆਇਆ ਸੀ। ਪਰ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ। ਖੰਨਾ ਪੁਲਿਸ ਨੇ ਵੀ ਇਸ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਜ਼ਰੂਰਤ ਹੈ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਦੀ।